ਸੀ ਇੱਥੇ ਬਸ ਏਡ ਰੂਮ ਦਾ ਬੱਚੇ ਜਿਹੜੇ ਸਪੈਸ਼ਲ ਚਿਲਡਰਨ ਹੈ ਉਹਨਾਂ ਨੇ ਉੱਥੇ ਕੱਟ ਦਿੱਤਾ। ਇਹ ਰੂਮ ਚ ਬੇਸਿਕ ਫੈਸਿਲਿਟੀਜ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਕਿ ਬਸ ਪੇਡ ਮਿਲ ਸਕੇ ਤਾਂ ਕਿ ਕੋਈ ਵੀ ਜਿਹੜਾ ਬੰਦਾ ਤਰੀਕ ਪੁੱਤਰ ਆਉਂਦਾ ਵਕੀਲ ਸਾਹਿਬ ਹੈ ਪੁੱਛੀ ਹੈ ਜਾਂ ਕੋਈ ਜੱਜ ਸਾਹਿਬਾਨ ਨੂੰ ਕੋਈ ਵੀ ਹੁੰਦੀ ਹੈਗੀ ਹੈ ਤਾਂ ਉਹਨਾਂ ਨੂੰ ਬਸ ਪੇਡ ਇੱਥੇ ਮਿਲ ਸਕੇ। ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਇੱਥੋਂ ਅਸੀਂ ਮੈਡੀਕਲ ਐਂਬੂਲੈਂਸ ਅਰੇਂਜ ਕਰਕੇ ਕਿ ਉਹ ਸਿਵਲ ਹਸਪੀਟਲ ਚ ਬੰਦਾ ਜਲਦੀ ਪਹੁੰਚ ਸਕੇ ਤਾਂ ਕਿ ਉਹਨੂੰ ਕੋਈ ਵੀ ਫਸਟ ਏਡ ਚਾਹੀਦੀ ਹੈ ਕੋਈ ਵੀ ਮੁੱਢਲੀ ਸਹਾਇਤਾ ਚਾਹੀਦੀ ਹੈ ਚੰਗਾ ਹੋ ਸਕੇ। ਸਾਡੇ ਕੋਲ ਇੱਕ ਫਾਰਮਿਸਟ ਬੈਠਿਆ ਕਰਾਂਗੇ ਇਹਨਾਂ ਦੀ ਹਰ ਹਫ਼ਤੇ ਆ ਡਿਊਟੀ ਲੱਗੀ ਹੈ ਜੀ ਹਰ ਉਹਦੀ ਫਾਰਮਿਸਟ ਦੀ ਤੇ ਮੈਂ ਇੱਥੇ ਡੀ ਜੀ ਸਾਹਿਬ ਦਾ ਅਤੇ ਏ ਡੀ ਸੀ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਾਨੂੰ ਸਹਿਯੋਗ ਕੀਤਾ ਅਤੇ ਅਸੀਂ ਫਸਟ ਏਡ ਰੂਮ ਇੱਥੇ ਖੋਲ ਸਕੇ ਹਾਂ। ਸ਼ੁਰੂਆਤ ਕੀਤੀ ਇਸ ਨੂੰ ਵਧਾਇਆ ਵੀ ਜਾ ਸਕਦਾ ਹਾਂਜੀ ਹਾਂਜੀ ਵਧਾਇਆ ਵੀ ਜਾ ਸਕਦਾ ਤੁਸੀਂ ਜਾਓ ਤਾਂ ਕਿ ਉਹਨਾਂ ਦੀ ਕੁਝ ਫਾਈਨੈਂਸ਼ੀਅਲ ਹੈਲਪ ਹੋ ਸਕੇ। ਦੇਖੋ ਅੱਜ ਦੀ ਜਿਹੜੀ ਸਟ੍ਰੈਸਫੁਲ ਜ਼ਿੰਦਗੀ ਹੈਗੀ ਆ ਉਸ ਦੇ ਵਿੱਚ ਖਾਸ ਤੌਰ ਤੇ ਜਿਹੜਾ ਵੀ ਕੋਰਟਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਆਉਂਦਾ ਹੈ ਉਹਨੂੰ ਕਿਤੇ ਨਾ ਕਿਤੇ ਇਹ ਚੀਜ਼ਾਂ ਬਹੁਤ ਭੁਗਤਣੀਆਂ ਪੈਂਦੀਆਂ। ਜਦੋਂ ਉਹ ਕੋਰਟਾਂ ਦੇ ਵਿੱਚ ਆਉਂਦੇ ਹੈਗੇ ਆ ਤਾਂ ਕਿਸੇ ਦਾ ਕੇਸ ਆ ਕੇ ਉਹਦਾ ਕਿਸੇ ਦਾ ਖਿਲਾਫ ਹੁੰਦਾ ਜਾਂ ਹੋਰ ਬਹੁਤ ਸਾਰੀਆਂ ਪ੍ਰੋਬਲਮ ਆਉਂਦੀ ਆ ਉਹਨਾਂ ਲਈ ਜਿਹੜਾ ਹੈਗਾ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੇ ਕਦੇ ਕਿਸੇ ਨੂੰ ਛੋਟੀ ਤੋਂ ਛੋਟੀ ਪ੍ਰੋਬਲਮ ਬਲੱਡ ਪ੍ਰੈਸ਼ਰ ਜਾਂ ਕੋਈ ਹੱਥ ਚੋਟ ਲੱਗਦੀ ਹੈਗੀ ਆ ਤਾਂ ਉਹਨੂੰ ਇਮੀਡੀਏਟ ਅਸੀਂ ਜਿਹੜਾ ਹੈਗਾ ਫਸਟ ਏਡ ਦਵਾ ਸਕੀਏ ਤੇ ਹਮ ਹੋਸਪਿਟਲ ਵੀ ਸਾਡੇ ਨੇੜੇ ਹੈਗਾ ਜੱਜ ਸਾਹਿਬ ਦੀ ਬੜੀ ਮਿਹਨਤ ਹੈਗੀ ਆ ਕਿ ਉਹਨਾਂ ਦੇ ਐਂਬੂਲੈਂਸ ਦਾ ਵੀ ਨਾਲ ਉਹ ਕੀਤਾ ਹੈਗਾ ਉਹਦੇ ਨਾਲ ਕਿ ਇਹ ਜਿਹੜੇ ਫਾਰਮਾਸਿਸਟ ਹੈ ਸਾਹਿਬ ਹੈਗੇ ਆ ਇਮੀਡੀਏਟਲੀ ਜਿਹੜਾ ਹੈਗਾ ਉਹ ਕਾਲ ਕਰ ਸਕਦੇ।